ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਫ੍ਰੈਂਚ ਲਰਨਿੰਗ ਪਲੈਟਫਾਰਮ ਅੱਜ ਦੀ ਵੀਡੀਓ ਚ ਅਸੀਂ ਕੁਝ ਕਾਮਨ ਫ੍ਰੈਂਚ ਫ੍ਰੇਜ਼ਸ ਬਾਰੇ ਸਿੱਖਾਂਗੇ ਇਹ ਫ੍ਰੇਜ਼ਸ ਦੋ ਦੋ ਸ਼ਬਦਾਂ ਨਾਲ ਬਣੀਆਂ ਹੋਈਆਂ ਹਨ ਸੋ ਤੁਸੀਂ ਟਾਈਟਲ ਦੇ ਸਕਦੇ ਆ ધ ਫ੍ਰੇਜ਼ਸ ਵਿਦ ਦੂ ਮੋ ਅਵੇਕ ਕੀ ਹੁੰਦਾ ਵਿਦ ਨਾਲ ਦੂ ਦੋ ਮੋ ਕੀ ਹੁੰਦਾ ਸ਼ਬਦ ਸ਼ਬਦਾਂ ਨੂੰ ਕੀ ਬੋਲਦੇ ਆ ਮੋਟੀ ਦੀ ਵਾਜ ਵੀ ਨਹੀਂ ਆਉਂਦੀ ਪਲੂਰਲ ਦੀ ਐਸ ਵੀ ਨਹੀਂ ਬੋਲੀ ਜਾਂਦੀ ਸੋ ਅਵੇਕ ਦੋ ਮੋ ਦਾ ਮਤਲਬ ਹੈ ਦੋ ਸ਼ਬਦਾਂ ਦੇ ਨਾਲ ਸੋ ਆਪਾਂ ਦੇਖਦੇ ਆ ਫਰਸਟ ਫਰਾਜ਼ ਜੋ ਅਸੀਂ ਦੇਖ ਰਹੇ ਆ ਉਹ ਹੈ ਕਮ ਡੈਬਿਚਿਊਡ ਇਹਨੂੰ ਕਿਸਤਾ ਬੋਲਣਾ ਕਮ ਡੈਬਿਚਿਊਡ ਐਚ ਦੀ ਵਾਜ ਨਹੀਂ ਕਰਨੀ ਐ ਵੈਸੇ ਹੈ ਐਬਿਚਿਊਡ ਪਰ ਇੱਥੇ ਹੁਣ ਆਰਟੀਕਲ ਲੱਗਾ ਹੋਇਆ ਹੈ ਤਾਂ ਉਹਦੇ ਕਰਕੇ ਬਣ ਜਾਂਦਾ ਕਮ ਡੈਬਿਚਿਊਡ ਇਹਦਾ ਮਤਲਬ ਹੁੰਦਾ ਐਸ ਯੂਜਵਲ ਆਦਤ ਅਨੁਸਾਰ ਫੋਰ ਐਗਜ਼ਾਮਪਲ ਮੈਂ ਬੋਲਣਾ ਹੈ ਕਿ ਆਈ ਐਮ ਲੇਟ ਐਸ ਯੂਜੂਅਲ ਜਾਂ ਆਦਤ ਅਨੁਸਾਰ ਮੈਂ ਲੇਟ ਹਾਂ ਪਹਿਲਾਂ ਆਪਾਂ ਇਹਦੀ ਫ੍ਰੈਂਚ ਸਿੱਖਦੇ ਹਾਂ ਜੀ ਆਈ ਨੂ ਬੋਲਦੇ ਸੀ ਐਮ ਐਨ ਰੇਟਾ ਕੀ ਹੁੰਦਾ ਹੈ ਲੇਟ ਪਰ ਜਦੋਂ ਅਸੀਂ ਇਹਨੂੰ ਤੇ ਇਹਨੂੰ ਇਕੱਠਿਆਂ ਬੋਲਣਾ ਕੌਨਸੋਨੈਂਟ ਤੇ ਵੋਵਲ ਆਮੋ ਸਾਹਮਣੇ ਆ ਰਿਹਾ ਤਾਂ ਇਹਨਾਂ ਨੇ ਲਿੰਕ ਹੋ ਜਾਣਾ ਅਸੀਂ ਇਸ ਫ੍ਰੈਂਚ ਨੂੰ ਕਿਸ ਤਰ੍ਹਾਂ ਬੋਲਣਾ ਸੀਸੋ ਰੇਟਾ ਮਤਲਬ ਇਹਨੂੰ ਇਕੱਠੇ ਬੋਲਣਾ ਨਾਲ ਅਸੀਂ ਬੋਲਣਾ ਕਮ ਦੇ ਬਿਚੂ ਮਤਲਬ ਆਦਤ ਦੇ ਅਨੁਸਾਰ ਅੱਗੇ ਹੈ ਪੁਖੀ ਪੁਖੀ ਪੁਖ ਦਾ ਮਤਲਬ ਕੀ ਹੁੰਦਾ ਫੋਰ ਕੀ ਦਾ ਮਤਲਬ ਹੁੰਦਾ ਹੂ ਸੋ ਇਹਦਾ ਇੰਗਲਿਸ਼ मीनिंग ਕੀ ਬਣਿਆ ਫੋਰ ਹੂ ਅਗੇ ਹੈ ਪਾ ਜ਼ੰਕੋਖ ਪਾ ਜ਼ੰਕੋਖ ਇਹਤੇ ਮੈਂ ਲਿੰਕ ਕਰਕੇ ਬੋਲ ਰਹੀ ਹਾਂ ਇਹਨਾਂ ਨੂੰ ਇਹਦਾ मीनिंग ਕੀ ਬਣਦਾ ਨਾਟ ਯੈਟ ਹਜੇ ਨਹੀਂ ਪਾ ਜ਼ੰਕੋਖ ਪਾ ਜ਼ੰਕੋਖ ਨੈਕਸਟ ਇਜ਼ ਸੇ ਪੋਸੀਬਲ ਸੇ ਪੋਸੀਬਲ से स ਤੇ ए ਨੂੰ ਲਿੰਕ ਕਰਕੇ ਬਣਿਆ ਹੋਇਆ ਸੇ ਇਹਦਾ ਮਤਲਬ ਹੈ ਇਟ ਇਜ਼ ਪੋਸੀਬਲ ਪੋਸੀਬਲ ਇਟ ਇਜ਼ ਪੋਸੀਬਲ ਨੂੰ ਆਪਾਂ ਫ੍ਰੈਂਚ ਵਿੱਚ ਬੋਲਦੇ ਹਾਂ ਸੇ ਪੋਸੀਬਲ ਅੱਗੇ ਹੈ ਪਾਗ ਐਗਜ਼ਾਮਪਲ ਪਾਗ ਐਗਜ਼ਾਮਪਲ ਇਹਦਾ मीनिंग ਕੀ ਹੁੰਦਾ ਹੈ ਫਾਰ ਐਗਜ਼ਾਮਪਲ ਨੈਕਸਟ ਇਜ਼ ਸੇ ਫੋ ਸੇ ਫੋ ਐਕਸ ਦੀ ਆਵਾਜ਼ ਨਹੀਂ ਆ ਰਹੀ ਏ ਯੂ ਐਕਸ ਨੂੰ ਕੀ ਬੋਲਦੇ ਉਹ ਕਰਕੇ ਸੇ ਫੋ ਸੇ ਫੋ ਸੇ ਇਟ ਇਜ਼ ਫੋ ਰੋਂਗ ਇਹ ਗਲਤ ਹੈ ਇਹਨੂੰ ਅਸੀਂ ਕਿਸ ਤਰ੍ਹਾਂ ਬੋਲਦੇ ਹਾਂ ਸੇ ਫੋ ਅੱਗੇ ਜੀ ਮੋਂਜੀ ਬੀਆਂ ਮੋਂਜੀ ਬੀਆਂ ਮੋਂਜੀ ਤੁਸੀਂ ਜਾਣਦੇ ਹੋ ਫ੍ਰੈਂਚ ਦੀ ਵਰਬ ਈਟ ਨੂੰ ਖਾਣ ਨੂੰ ਕੀ ਬੋਲਦੇ ਆ ਮੋਂਜੀ ਬੀਆਂ ਵੈਲ ਵਧੀਆ ਤਾਂ ਕਲੈਕਟਿਵਲੀ ਇਹਦਾ ਕੀ मीनिंग ਬਣਿਆ ਈਟ ਵੈਲ ਮੋਂਜੀ ਬੀਆਂ ਨੈਕਸਟ ਫਰਸ ਇਜ਼ ਐਸੇ ਅੰਕੋਰ ਐਸੇ ਅੰਕੋਰ ਐਸੇ ਇੱਥੇ ਮੈਂ ਸਾਈਡ ਤੇ ਲਿਖਿਆ ਹੋਇਆ ਹੈ ਕਿ essayer ਇੱਕ ਫ੍ਰੈਂਚ ਦੀ ਵਰਬ ਹੈ ਜਿਹਦਾ ਮੀਨਿੰਗ ਕੀ ਹੁੰਦਾ ਹੈ ਕੋਸ਼ਿਸ਼ ਕਰਨਾ try essayer ਤਾਂ encore ਦੇ ਮੈਂ ਪਹਿਲਾਂ ਵੀ ਦੱਸਿਆ ਕਿ ਇਹਦਾ ਮੀਨਿੰਗ again ਵੀ ਨਿਕਲਦਾ ਤੇ yet ਵੀ ਨਿਕਲਦਾ ਤਾਂ ਅਸੀਂ ਕਹਿੰਦੇ ਟ੍ਰਾਈ ਅਗੇਨ ਤਾਂ ਇਹਨੂੰ ਫ੍ਰੈਂਚ ਵਿੱਚ ਕਿਸ ਤਰ੍ਹਾਂ ਬੋਲਦੇ ਐ essayer encore s encore agué sa ਇੱਥੇ c ਦੇ ਥੱਲੇ ਐਕਸੈਂਟ ਪਿਆ ਹੋਇਆ ਇਹਦੇ ਵਾਸ਼ਕੀ ਨਿਕਲਣੀ sa ਇਹ ਬਣਿਆ sa comme on s ça recommence ਇਹਦਾ ਮਤਲਬ ਹੁੰਦਾ ਇਟ ਸਟਾਰਟਸ ਅਗੇਨ ਕਮਾਂਸ ਕੀ ਹੁੰਦਾ ਜਾਂ ਕਮਾਂਸੀ ਕੀ ਹੁੰਦਾ ਸਟਾਰਟ ਕਰਨਾ ਤਾਂ ਹਕਮਾਂਸ ਕੀ ਬਣਿਆ ਦੁਬਾਰਾ ਤੋਂ ਸਟਾਰਟ ਕਰਨਾ ਅੱਗੇ ਹੈ ਔਤੋਂਦੇ ਇਸੀ ਇਸੀ ਦਾ ਮਤਲਬ ਹੇਅਰ ਇੱਥੇ ਤੇ ਔਤੋਂਦੇ ਇਹ ਸਾਡੀ ਫ੍ਰੈਂਚ ਦੀ ਵਰਬ ਆਨਦੀ ਆ ਵੇਟ ਕਰਨਾ ਔਤੋਂਦ ਤਾਂ ਉੱਥੋਂ ਇਹ ਕੰਜੂਗੇਸ਼ਨ ਬਣੀ ਹੋਈ ਆ ਔਤੋਂਦੇ ਅਸੀਂ ਕਿਸੇ ਨੂੰ ਕਹਿ ਰਹੇ ਤੁਸੀਂ ਇੱਥੇ ਵੇਟ ਕਰੋ ਤਾਂ ਅਸੀਂ ਬੋਲ ਰਹੇ ਆ ਔਤੋਂਦੇ ਇਸੀ ਵੇਟ ਹੇਅਰ ਨੈਕਸਟ ਇਜ਼ ਜੇ ਵਜ਼ਵ ਜੇ ਵਜ਼ਵ ਐਤੇ ਵੋ ਕਰਕੇ ਆਵਾਜ਼ ਨਿਕਲਦੀ ਆ ਓ ਆਈ ਦੀ ਆਵਾਜ਼ ਵਾ ਕਰਕੇ ਸੋ ਇਹ ਬਣਦਾ ਜੇ ਵਜ਼ਵ ਵਜ਼ਵ ਕੀ ਹੁੰਦੀ ਹੈ ਜ਼ਰੂਰਤ ਨੀਡ ਫ੍ਰੈਂਚ ਦੇ ਵਿੱਚ ਤਾਂ ਇਹਨੂੰ ਬੋਲਦੇ ਆ ਜੇ ਵਜ਼ਵ ਆਈ ਨੀਡ ਨੈਕਸਟ ਫਰੇਜ਼ ਇਜ਼ ਜੇ ਕੋਂਦੂਈ ਕੋਂਦੂਈ ਐਸ ਦੀ ਆਜ ਨਹੀਂ ਅ ਜੇ ਆਈ ਦੇ ਨਾਲ ਇਹਨੂੰ ਕਨਜੁਗੇਰੇਟ ਕੀਤਾ ਤਾਂ ਇੱਥੇ ਪਿੱਛੇ ਐਸ ਆ ਜਾਂਦੀ ਆ ਤਾ ਇਹ ਬਣ ਜਾਂਦਾ ਯੂ ਕੋਂਦਵੀ ਯੂ ਕੋਂਦਵੀ ਮਤਲਬ ਆਈ ਡਰਾਈਵ ਸੇ ਕੋਂਬਿਓ ਸੇ ਕੋਂਬਿਓ ਇਹ ਬਾਰ-ਬਾਰ ਆ ਰਿਹਾ ਸੇ ਆਈ ਹੋਪ ਤੁਸੀਂ ਇਹਨੂੰ ਸਿੱਖ ਲਿਆ ਹੋਗਾ ਸੇ ਕੋਂਬਿਓ ਕੋਂਬਿਓ ਮਤਲਬ ਕਿੰਨਾ ਹਾਊ ਮੱਚ ਜਦੋਂ ਅਸੀਂ ਕਹਿੰਦੇ ਹਾਂ ਕਿੰਨੇ ਪੈਸੇ ਦੀ ਇਹ ਚੀਜ਼ ਹੈ ਕੀ ਪ੍ਰਾਈਸ ਹੈ ਤਾਂ ਅਸੀਂ ਬੋਲਦੇ ਸੇ ਕੋਂਬਿਓ ਸੇ ਕੋਂਬਿਓ ਅੱਗੇ ਹੈ ਦੋਖ ਮੇ ਬੀਆਂ ਦੋਖ ਮੇ ਬੀਆਂ ਡੌਗਮੀ ਇਹ ਫ੍ਰੈਂਚ ਦੀ ਵਰਬ ਹੈ ਦਾ ਮਤਲਬ ਹੈ ਸੌਣਾ ਸੌਥ ਕੋਨਜੁਗੇਸ਼ਨ ਬਣੀ ਹੈ ਡੌਖ ਪੀ ਬੀਆ ਸਲੀਪ ਵੈਲ ਨੈਕਸਟ ਇਜ਼ ਸ ਸੂਫਰੀ ਸ ਸੂਫਰੀ ਇਥੇ ਟੀ ਦੀ ਆਵਾਜ਼ ਨਹੀਂ ਕੱਢ ਰਹੇ ਸ ਮਤਲਬ ਇਟ ਇਜ਼ ਸੂਫੀ ਇਥੇ ਅਸੀਂ ਕਹਿ ਰਹੇ ਹਾਂ ਕਿ ਕਾਫੀ ਆ ਸ ਇਥੇ ਕਹਿ ਰਹੇ ਹਾਂ ਦਿਸ ਇਜ਼ ਐਨਫ ਸ ਸੂਫਰੀ ਸੋ ਫਰੈਂਡਸ ਆਈ ਹੋਪ ਇਸ ਵੀਡੀਓ ਨਾਲ ਤੁਹਾਨੂੰ ਫ੍ਰੈਂਚ ਫਰੇਜ਼ਸ ਬਾਰੇ ਛੋਟੀਆਂ-ਛੋਟੀਆਂ ਫਰੇਜ਼ਸ ਬਾਰੇ ਸਿੱਖਣ ਵਿੱਚ ਹੈਲਪ ਹੋਈ ਹੋਊਗੀ ਤਾਂ ਤੁਸੀਂ ਇਹਨਾਂ ਨੂੰ ਬੋਲਣ ਵਿੱਚ ਜ਼ਰੂਰ ਪ੍ਰੈਕਟਿਸ ਕਰਨਾ ਪਹਿਲਾਂ ਅਸੀਂ ਆਪਣੀ ਸਪੋਕਨ ਫ੍ਰੈਂਚ ਇੰਪਰੂਵ ਕਰੀਏ ਉਸ ਤੋਂ ਬਾਅਦ ਅਸੀਂ ਰਿਟਨ ਵੀ ਪ੍ਰੈਕਟਿਸ ਕਰ ਸਕਦੇ ਹਾਂ ਸੋ ਬੋਲਣ ਵਿੱਚ ਇਹਨਾਂ ਨੂੰ ਡੇਲੀ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਇਹਨਾਂ ਦੇ ਯੂਸਡ ਹੋ ਜਾਓਗੇ ਤਾਂ ਇਸੇ ਤਰ੍ਹਾਂ ਹੀ ਸਲੋਲੀ ਐਂਡ ਸਟੈਡਲੀ ਅਸੀਂ ਲੌਂਗ ਸੈਂਟੈਂਸਸ ਵੀ ਸਿੱਖ ਸਕਦੇ ਹਾਂ ਅਸੀਂ ਛੋਟਿਆਂ ਤੋਂ ਸ਼ੁਰੂਆਤ ਕਰਾਂਗੇ ਤਾਂ ਅਸੀਂ ਬੈਟਰ ਵੇਅ ਇਨ ਲੌਂਗ ਸੈਂਟੈਂਸਸ ਵੀ ਬੋਲਣਾ ਸਿੱਖ ਸਕਦੇ ਹਾਂ ਸੋ ਫ੍ਰੈਂਚ ਨੂੰ ਪੰਜਾਬੀ ਵਿੱਚ ਲਰਨ ਕਰ ਲਈ ਇੰਗਲਿਸ਼ ਵਿੱਚ ਲਰਨ ਕਰ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਐਂਡ ਕੀਪ ਔਨ ਵਾਚਿੰਗ ਮਾਈ ਵੀਡੀਓਜ਼ ਕੀਪ ਸਪੋਰਟਿੰਗ ਥੈਂਕਸ ਫਾਰ ਵਾਚਿੰਗ